Moses Hazreen Sameen, Allah Ta'ala di Taufiq Nal aur Meherbani Nal Asi, sare Jama, Os Sirat Mustaqim Vaste Jida Sarkar Ne Bhi Farmaya, Jida Quran Ne Bhi Farmaya, Jida Rahman Ne Bhi Farmaya. ਤੁਸੀਂ ਜਿੰਨੇ ਇੱਥੇ ਬੈਠੇ ਹੋ, ਦਿਲ 'ਚ ਇੱਕ ਸਵਾਲ ਤਾਂ ਆਉਂਦਾ ਹੈ ਕਿ ਅੱਲਾਹ ਤਾਲਾ ਸਾਨੂੰ ਆਪਣਾ ਬਣਾ ਲਵੇ, ਅਸੀਂ ਅੱਲਾਹ ਤਾਲਾ ਦੇ ਹੋ ਜਾਈਏ. ਹਰ ਦਿਲ 'ਚ ਤੜਪ ਹੈ. ਅਰਜ਼ ਕੀਤੀ, ਯਾ ਅੱਲਾਹ, ਅਸੀਂ ਤੇਰਾ ਹੋਣਾ ਚਾਹੁੰਦੇ ਹਾਂ, ਤੇਰਾ ਬਣਨਾ ਚਾਹੁੰਦੇ ਹਾਂ. ਫਰਮਾਇਆ, ਬੜੀ ਅੱਛੀ ਗੱਲ ਹੈ, ਬਹਿ ਜਾਓ. ਹੁਣ ਅੱਲਾਹ ਦੇ ਹੋਣ ਦਾ ਤਰੀਕਾ ਸਿਖਾਇਆ ਜਾਣ ਲੱਗਾ, ਅਤੇ ਅੱਲਾਹ ਤਾਲਾ ਸਮਝਾਉਣ ਲੱਗਾ. ਲੋਕ ਬਹਿ ਗਏ. ਹੁਣ ਤਰੀਕਾ ਅੱਲਾਹ ਤਾਲਾ ਦੇ ਨਾਲ ਮਿਲਣ ਦਾ, ਅੱਲਾਹ ਦੇ ਕਰੀਬ ਹੋਣ ਦਾ ਤਰੀਕਾ ਅੱਲਾਹ ਫਰਮਾਉਣ ਲੱਗਾ. ਫਰਮਾਇਆ, ਕੁਰਾਨ ਪਾਕ ਖੋਲ ਲਓ, ਸੂਰਾ ਕਾਫ ਖੋਲ ਲਓ. ਖੋਲੀ ਜੀ. ਫਰਮਾਇਆ, ਪੜ੍ਹੋ. وَاصْبِرْ نَفْسَكَ مَعَ الَّذِينَ يَدْعُونَ رَبَّهُمْ بِالْغَدَاةِ وَالْعَشِيِّ. لوگو، اگر تسی میرا بننا چاہتے ہو تو پھر وہ واسطے یہ ہے کہ جڑے میرے نال جڑ چکے نے انہاں نال جڑ جاؤ. یا اللہ، اسی تے تیرے نال جڑن دا عرض کیتا ہے. ਫਰਮਾਇਆ, ਬਸ ਇਹੀ ਹੈ ਮੇਰੇ ਨਾਲ ਜੁੜਨਾ, ਅਤੇ ਛੁੱਟੀ ਹੈ ਤੁਹਾਨੂੰ, ਜਾਓ. ਛੁੱਟੀ ਕਰਵਾ ਦਿੱਤੀ ਦੁਆ 'ਚ. ਅਸੀਂ ਤਾਂ ਯਾ ਅੱਲਾਹ ਤੇਰੇ ਨਾਲ, ਫਰਮਾਇਆ ਨਹੀਂ, ਇਹ ਨਹੀਂ ਹੋ ਸਕਦਾ, ਇਹੀ ਹੈ ਮੇਰੇ ਨਾਲ ਤਰੀਕਾ. ਇਹ ਇਸ ਤਰ੍ਹਾਂ ਹੀ ਮਿਸਾਲ ਹੈ ਜਿਵੇਂ ਕੋਟ ਸਮਾਵੇ ਕੋਈ ਨਵਾਂ ਘਰ ਬਣਾਇਆ, ਕਿਸੇ ਨੇ ਬਿਜਲੀ ਲਵਾਉਣੀ ਹੋਵੇ, ਅਤੇ ਕੋਈ ਉਹਨੂੰ ਟੱਕਰ ਜਾਏ, ਇੱਕ ਉਹੋ ਜਿਹਾ ਵੱਡਾ ਮੌਲਵੀ, ਉਹ ਆਖੇਗਾ ਅਸੀਂ ਨਹੀਂ ਡਾਇਰੈਕਟ ਉੱਥੋਂ ਹੀ ਲੈਣੀ, ਡਾਇਰੈਕਟ ਹੀ, ਅਸੀਂ ਨਹੀਂ ਮੰਨਦੇ ਇੱਥੇ ਕਿਸੇ ਵੀ ਕਨੈਕਸ਼ਨ. ਉਹ ਦਰਖਾਸਤ ਲਿਖੀ ਅਤੇ ਤਰਬੇਲੇ ਚਲੇ ਗਏ, ਅਤੇ ਤਰਬੇਲੇ ਵਾਲਿਆਂ ਨੇ, ਜਿਹੜਾ ਵੱਡਾ ਚੀਫ ਸੀ, ਉਹਨੇ ਕਿਹਾ ਤੁਹਾਡੀ ਅਕਲ ਸਲਾਮਤ ਨਹੀਂ ਲੱਗ ਰਹੀ ਮੈਨੂੰ, ਇੱਥੋਂ ਤਰਬੇਲੇ 'ਚੋਂ ਡਾਇਰੈਕਟ ਲੈ ਲੈ ਤੁਸੀਂ ਬਿਜਲੀ, ਅਤੇ ਲਾਣੀ ਖੜਨੀ ਹੈ ਕੋਟ ਸਮਾਂ ਪਏ, ਅਤੇ ਫੂਕੇ ਜਾਓਗੇ ਤੁਸੀਂ ਸਾਰੇ. ਇੱਥੋਂ ਡਾਇਰੈਕਟ ਨਹੀਂ ਹੁੰਦਾ ਇਸ ਤਰ੍ਹਾਂ ਕਦੇ ਵੀ. ਕਿਹੜਾ ਜ਼ਿਲ੍ਹਾ ਤੁਹਾਡਾ? ਉਹਨਾਂ ਕਿਹਾ ਜੀ ਰਹੀਮ ਯਾਰ ਖਾਂ. ਅਤੇ ਉਹਦੀ ਤਹਿਸੀਲ ਕਿਹੜੀ ਹੈ? ਅੱਛਾ, ਉੱਥੇ ਨਾ ਇੱਕ ਪਾਵਰ ਹਾਊਸ ਹੈ ਬਣਿਆ, ਤੁਸੀਂ ਉੱਥੇ ਚਲੇ ਜਾਓ, ਉੱਥੇ ਗੱਲ ਕਰੋ. ਉੱਥੇ ਗਏ, ਉਹਨਾਂ ਨੇ ਅੱਗੇ ਥੋੜ੍ਹਾ ਜਿਹਾ ਹੋਰ ਭੇਜ ਦਿੱਤਾ. ਇੱਥੇ ਨਹੀਂ ਹੋ ਸਕਦਾ, ਉਹ ਗ੍ਰਿਡ ਸਟੇਸ਼ਨ ਬਣਿਆ, ਅਤੇ ਇੱਥੇ ਵੀ ਬਣਿਆ ਕੋਈ ਕਿ ਨਹੀਂ ਬਣਿਆ ਹਾਲੇ ਤੱਕ? ਕਿਹੜੇ ਗ੍ਰਿਡ 'ਚੋਂ ਆਉਂਦੀ ਇੱਥੇ? ਖਾਨਪੁਰ ਵਾਲੇ 'ਚੋਂ ਜਾਂ ਮੀਆਂ ਵਾਲੀ ਕਰੇਸ਼ੀਆ 'ਚੋਂ? ਹਾਂਜੀ, ਦੋਵੇਂ ਲੈਣਾ ਨੇ. ਹੈ, ਚਲੋ, ਇਹ ਤਾਂ ਇੱਕ ਸਮਝਾਉਣ ਵਾਸਤੇ ਗੱਲ ਹੈ ਨਾ, ਗੱਲ ਤਾਂ ਸਮਝਾਉਣ ਵਾਸਤੇ ਹੈ. ਉਹ ਮੁੜਕੜ ਕੇ ਬੰਦਾ ਆ ਗਿਆ ਫਿਰ ਕੋਟ ਸਮਾਵੇ. ਇਹ ਜੀ ਕਿੱਥੇ ਘਰ ਹੈ ਜੀ? ਇਹ ਪੰਜ ਪੀਰ, ਪੰਜ ਮਰਲਾ ਸਕੀਮ. ਉਹਨਾਂ ਕਿਹਾ ਬਿਲਕੁਲ ਠੀਕ ਹੈ, ਉੱਥੇ ਟਰਾਂਸਫਾਰਮਰ ਇੱਕ ਲੱਗਾ, ਉਹਦੇ 'ਚ ਤਾਰ ਨਿਕਲਦੀ ਪਈ, ਉੱਥੋਂ ਤੁਹਾਨੂੰ ਕਨੈਕਸ਼ਨ ਮਿਲੇਗਾ. ਅਤੇ ਜਿਹੜਾ ਬੰਦਾ ਪਾਣੀ ਦੀ ਤਾਰ ਦਾ ਜਿਹੜਾ ਬਣਿਆ ਨੂਰ ਬਿਜਲੀ ਦਾ, ਉਹਨੂੰ ਡਾਇਰੈਕਟ ਨਹੀਂ ਲੈ ਸਕਦਾ, ਅਤੇ ਅੱਲਾਹ ਨੂਰ ਸਮਾਵਾ ਅਤੇ ਵੱਲਰਦ, ਅੱਲਾਹ ਦਾ ਨੂਰ ਡਾਇਰੈਕਟ ਕਿਵੇਂ ਲੈ ਸਕਦਾ? ਅੱਲਾਹ ਤਾਲਾ ਨੇ ਵੀ ਇੱਕ ਪਾਵਰ ਹਾਊਸ ਬਣਾ ਦਿੱਤੇ ਨੇ. ਸਭ ਤੋਂ ਪਹਿਲੇ ਤੁਸੀਂ ਦੇਖੋ ਜਿਹੜਾ ਅਸਲ ਹੈ ਨਾ ਮਰਕਸ, ਅੱਲਾਹ ਕੋਲ ਵੀ ਦਰਖਾਸਤ ਕੀਤੀ, ਅਤੇ ਅੱਲਾਹ ਨੇ ਵੀ ਦਰਖਾਸਤ ਮੋੜ ਕੇ ਅਤੇ ਮਦੀਨੇ ਵਾਲੇ ਆਕਾ ਦੀ ਤਰਫ ਭੇਜ ਦਿੱਤਾ. ਅਤੇ ਸਰਕਾਰ ਫਰਮਾਉਂਦੇ ਨੇ, ਅੱਲਾਹ ਹੋਯੋ ਤੀ ਵਾ ਨਾ ਕਾਸਿਮ, ਅੱਲਾਹ ਤਾਲਾ ਮੁਝੇ ਅਤਾ ਕਰਤਾ ਹੈ, ਅਗੇ ਮੈਂ ਕਾਇਨਾਤ ਮੇਂ ਤਕਸੀਮ ਕਰਤਾ ਹੂੰ. ਅਤੇ ਜਿਹਨਾਂ ਨੇ ਤਕਸੀਮ ਕਰਨਾ, ਅਤੇ ਜਿੱਥੋਂ ਮਿਲਣਾ, ਅਤੇ ਰੁੱਖ 'ਤੇ ਉੱਧਰ ਹੀ ਕੀਤਾ ਜਾਣਾ ਨਾ, ਅਤੇ
ਉਹ ਫਿਰ ਉਹ ਜਿਹੜਾ ਬਣਿਆ ਪਾਵਰ ਹਾਊਸ ਉੱਥੋਂ ਜਿਹੜਾ ਫੈਜ਼ ਆ ਉਹ ਹਜ਼ੂਰ ਗੌਸੇ ਪਾਕ ਬਗਦਾਦ ਸ਼ਰੀਫ ਹੈ, ਇਸ ਤਰ੍ਹਾਂ ਅਜਮੇਰ ਸ਼ਰੀਫ ਹੈ, ਇਸ ਤਰ੍ਹਾਂ ਮੁਲਤਾਨ ਹਜ਼ਰਤ ਬਾਉਦੀਨ ਜ਼ਕਰੀਆ ਨੇ, ਇਸ ਤਰ੍ਹਾਂ ਹਜ਼ਰਤ ਅਬਦੁੱਲਾ ਸ਼ਾਹ ਗਾਜ਼ੀ ਨੇ, ਇਹ ਉਹ ਪਾਵਰ ਹਾਊਸ ਬਣੇ ਨੇ। ਫਿਰ ਅੱਗੋਂ ਇੱਥੋਂ ਫੈਜ਼ ਚੱਲਦਾ, ਜਿਸ ਤਰ੍ਹਾਂ ਗ੍ਰਿਡ ਸਟੇਸ਼ਨ ਨੇ ਇਸ ਤਰ੍ਹਾਂ ਹੀ ਅੱਗੇ ਸਟੇਸ਼ਨ ਨੇ, ਫਿਰ ਅੱਗੇ ਹੀ ਇਸ ਤਰ੍ਹਾਂ ਟਰਾਂਸਫਾਰਮਰ ਨੇ ਰੂਹਾਨੀਅਤ ਦੇ, ਜਿੱਥੋਂ ਫਿਰ ਰੌਸ਼ਨ ਹੁੰਦੀਆਂ ਨੇ, ਬਲਬ ਵੀ ਚੱਲਦੇ ਨੇ, ਪੱਖੇ ਵੀ ਚੱਲਦੇ ਨੇ। ਹਾਂਜੀ, ਇਸੇ ਤਰ੍ਹਾਂ ਹੀ ਫਿਰ ਉਹ ਨਾ ਆ ਕੇ ਉਹ ਜਿਹੜਾ ਫੈਜ਼ ਹੈ ਨਾ, ਸਰਕਾਰ ਦਾ ਫੈਜ਼ ਮਦੀਨੇ ਵਾਲੇ ਆਕਾ ਸੱਲੱਲਾਹੁ ਅਲੈਹਿ ਵਸੱਲਮ ਦਾ, ਉਹ ਫਿਰ ਜਿਹੜੇ ਨੇ ਨਾ, ਜਿਸ ਤਰ੍ਹਾਂ ਟਰਾਂਸਫਾਰਮਰ ਦੇ ਵਿੱਚੋਂ ਫੈਜ਼ ਮਿਲਦਾ ਹੈ, ਇਸ ਤਰ੍ਹਾਂ ਬਿਜਲੀ ਦਾ, ਇਸ ਤਰ੍ਹਾਂ ਜਿਹੜਾ ਅੱਲਾਹ ਦਾ ਨੂਰ ਹੈ ਉਹਦਾ ਫੈਜ਼ ਇਸੇ ਤਰ੍ਹਾਂ ਹੀ ਫਿਰ ਜਿਹੜੇ ਔਲੀ ਇਕਰਾਮ ਦੇ ਕੋਲੋਂ। ਅਤੇ ਅੱਲਾਹ ਤਾਲਾ ਫਰਮਾਉਂਦੇ ਨੇ, ਜੁੜ ਜਾਓ ਉਹਨਾਂ ਦੇ ਨਾਲ ਜਿਹੜੇ ਮੇਰੇ ਨਾਲ ਜੁੜ ਚੁੱਕੇ ਨੇ। ਫਿਰ ਫਰਮਾਇਆ, ਸੁਬਹ ਸ਼ਾਮ ਮੇਰੀ ਯਾਦ ਵਿੱਚ ਰਹਿੰਦੇ ਨੇ, ਗਾਫਲ ਨਹੀਂ ਹੁੰਦੇ, ਸੁਬਹ ਸ਼ਾਮ ਮੇਰੀ ਯਾਦ ਵਿੱਚ ਰਹਿੰਦੇ ਨੇ। ਉਹਨਾਂ ਨੂੰ ਕੋਈ ਗਰਜ਼ ਨਹੀਂ ਹੈਗੀ, ਉਹਨਾਂ ਨੂੰ ਸਿਰਫ ਮੇਰੇ ਦੀਦਾਰ ਦੀ ਤਲਬ ਹੈ। ਉਹ ਮੈਨੂੰ ਤੱਕ ਰਹੇ ਹੁੰਦੇ ਨੇ, ਲੋਗੋ ਤੁਸੀਂ ਉਹਨਾਂ ਨੂੰ ਤੱਕਿਆ ਕਰੋ। ਫਿਰ ਫਰਮਾਇਆ, ਵਲਾ ਤਾ ਦੁਆਈ ਨਾ ਕੰਨ ਹੁਮ, ਜਿਹਨੂੰ ਤੱਕਣਾ ਨਾ ਫਿਰ ਉੱਥੇ ਹੀ ਤੱਕ ਕੇ ਰਹਿਣਾ, ਇੱਧਰ ਉੱਧਰ ਨਾ ਤੱਕਿਓ। ਅਤੇ ਤੁਹਾਨੂੰ ਪਤਾ ਬੜੀ ਮਸ਼ਹੂਰ ਮਿਸਾਲ ਇੱਕ ਕੁੱਤੇ ਦੀ ਅੱਲਾਹ ਤਾਲਾ ਨੇ, ਉਹ ਬਾਦਸ਼ਾਹ ਕਮਲ ਹਾਕਮੀਨ ਅਤੇ ਮਾਲਕ ਅਤੇ ਰੱਬ ਕੁੱਤੇ ਦੀ ਮਿਸਾਲ ਸਾਨੂੰ ਸਮਝਾਉਣ ਵਾਸਤੇ ਇਰਸ਼ਾਦ ਫਰਮਾਈ। ਅਤੇ ਜੇ ਫਿਰ ਸਮਝ ਨਾ ਆਏ ਤਾਂ ਮੇਰਾ ਖਿਆਲ ਬੜੀ ਅਫਸੋਸ ਦੀ ਗੱਲ ਹੈ। ਅਤੇ ਉਹ ਕੁੱਤਾ ਸੀ ਜਿਹੜਾ ਔਲੀਆ ਕਰਾਮ ਦੀ ਮੁਹੱਬਤ ਦੇ ਵਿੱਚ ਉਹਨਾਂ ਦੇ ਪਿੱਛੇ ਲੱਗ ਗਿਆ, ਅਤੇ ਔਲੀਆ ਕਰਾਮ ਦੇ ਪਿੱਛੇ ਬਾਦਸ਼ਾਹ ਲੱਗੇ ਸਨ। ਬਾਦਸ਼ਾਹ ਦੀ ਸਿਕਿਉਰਟੀ ਲੱਗੀ ਸੀ ਕਿ ਉਹਨਾਂ ਨੂੰ ਫੜਨਾ ਅਤੇ ਉਹਨਾਂ ਨੂੰ ਟੱਕਣਾ ਅਤੇ ਮਾਰਨਾ। ਕੁੱਤੇ ਨੂੰ ਆਪਣੀ ਮੁਹੱਬਤ ਦਾ ਪਿਆਰ ਸੀ, ਉਹ ਪਿੱਛੇ ਉਹਨਾਂ ਦੇ ਦੌੜ ਪਿਆ। ਹੁਣ ਆਖਿਆ ਇਹਨੇ ਕਿਤੇ ਫਸਾਉਣਾ ਸਾਨੂੰ, ਇਹਨੂੰ ਨਸਾਈਏ। ਉਹਨਾਂ ਚੁੱਕ ਵੱਟਾ ਮਾਰਿਆ ਅਤੇ ਕੁੱਤਾ ਚੁੰਕਿਆ ਨਹੀਂ, ਅੱਲਾਹ ਨੂੰ ਅਰਜ਼ ਕੀਤੀ, ਯਾ ਅੱਲਾਹ ਮੈਨੂੰ ਜ਼ੁਬਾਨ ਦੇ, ਮੈਂ ਤਾਂ ਤੇਰੇ ਵਲੀਆਂ ਨਾਲ ਮੁਹੱਬਤ ਕਰਨ ਵਾਲਾ ਕੁੱਤਾ ਹਾਂ, ਇਹ ਮੈਨੂੰ ਵੱਟਾ ਮਾਰ ਦਿੱਤਾ ਹੈ, ਅਤੇ ਇਹਨਾਂ ਨੂੰ ਮੈਂ ਕਿਸ ਤਰ੍ਹਾਂ ਦੱਸਾਂ, ਮੈਨੂੰ ਜ਼ੁਬਾਨ ਅਤਾ ਫਰਮਾ, ਮੈਂ ਇਹਨਾਂ ਨਾਲ ਅਰਜ਼ ਕਰਾਂ। ਅੱਲਾਹ ਨੇ ਜ਼ੁਬਾਨ ਅਤਾ ਫਰਮਾਈ ਅਤੇ ਕੁੱਤਾ ਬੋਲਿਆ, ਵੱਲਾਹੀ ਇੰਨੀ ਹੱਬੁਲ ਔਲੀਆ ਵਸਵਾਲਹੀਨ, ਅੱਲਾਹ ਦੇ ਪਿਆਰੇ ਵਲੀਓ, ਮੈਂ ਭੌਂਕਣ ਵਾਲਾ ਕੁੱਤਾ ਨਹੀਂ, ਮੈਂ ਤੁਹਾਡੇ ਨਾਲ ਮੁਹੱਬਤ ਕਰਨ ਵਾਲਾ ਕੁੱਤਾ। ਤੁਹਾਡੀ ਮੁਹੱਬਤ ਜਦੋਂ ਦੀ ਮੇਰੇ ਦਿਲ 'ਚ ਆਈ, ਮੇਰੀ ਭੌਂਕਣ ਦੀ ਆਦਤ ਛੁੱਟ ਗਈ, ਮੈਨੂੰ ਭੌਂਕਣ ਦਾ ਤਾਂ ਪਤਾ ਹੀ ਕੋਈ ਨਹੀਂ ਰਿਹਾ। ਹੈ ਸਮਝ ਆਈ ਜੇ ਨਾ, ਅਤੇ ਜਿਹਨਾਂ ਦੇ ਦਿਲ 'ਚ ਮੁਹੱਬਤ ਹੈ ਉਹ ਭੌਂਕਦੇ ਉਹੀ ਨੇ, ਜਿਹਨਾਂ ਦੇ ਦਿਲ 'ਚ ਮੁਹੱਬਤ ਨਹੀਂ ਹੁੰਦੀ ਉਹ ਭਾਵੇਂ ਕੁੱਤੇ ਲਾ ਲਓ। ਅਤੇ ਫਿਰ ਜਿਹੜੇ ਉਹਨਾਂ ਹਸਤੀਆਂ ਨੂੰ ਭੌਂਕਦੇ ਨੇ ਇਨਸਾਨ ਹੋ ਕੇ, ਫਿਰ ਕੁੱਤਿਆਂ ਨਾਲ ਵੀ ਵੱਧ ਨੇ, ਕਿਉਂਕਿ ਕੁਰਾਨ ਕਹਿੰਦਾ ਕੱਲ ਇਨਸਾਨ ਹੈ ਬਲ ਹੁਮ ਅਦਲ, ਉਹ ਚੁਪਾਏ ਨਾਲ ਵੀ ਪੈੜਾ, ਉਸ ਕੁੱਤੇ ਨਾਲ ਵੀ ਪੈੜਾ। ਮੌਜੇ ਸਾਧਰੀ, ਹੁਣ ਵਕਤ ਐਸਾ, ਅੱਲਾਹ ਤਾਲਾ ਨੇ ਵੀ ਔਲੀਆ ਕਰਾਮ ਦਾ ਕਿਹਾ, ਅਤੇ ਮੈਂ ਤੁਹਾਨੂੰ ਦੱਸਾਂ ਕੁਰਾਨ 'ਚ ਅੱਲਾਹ ਫਰਮਾਉਂਦੇ ਨੇ, ਇਨਮਾ ਵਲੀ ਹੁਕਮ ਅੱਲਾਹ ਵ ਰਸੂਲ ਹੂ ਅੱਲਜ਼ੀਨਾ ਅਮਨੂ, ਅੱਲਾਹ ਤੁਹਾਡਾ ਵਲੀ ਅਤੇ ਅੱਲਾਹ ਦਾ ਰਸੂਲ ਵੀ ਤੁਹਾਡਾ ਵਲੀ, ਅਤੇ ਜਿਹੜੇ ਔਲੀਆ ਨੇ ਕਾਮਲ ਇਮਾਨ ਵਾਲੇ ਸਾਲਿਹੀਨ ਫਰਮਾਇਆ, ਉਹ ਵੀ ਤੁਹਾਡੇ ਵਲੀ। ਹੁਣ ਵਲੀ ਨੇ ਤਿੰਨ, ਇੱਕ ਅੱਲਾਹ ਵੀ ਵਲੀ, ਅੱਲਾਹ ਦੇ ਰਸੂਲ ਵੀ ਵਲੀ, ਅਤੇ ਵਲੀ ਵੀ ਵਲੀ। ਫਰਮਾਇਆ ਜਿਹੜਾ ਜਿਹਨੇ ਤ੍ਰੈਵਾਂ ਨੂੰ ਮੰਨਿਆ ਨਾ ਇਕੱਠਿਆਂ, ਵਮਈ ਯਤਵੱਲ ਅੱਲਾਹ ਵ ਰਸੂਲ ਵੱਲਜ਼ੀਨਾ ਮਨੂ, ਜਿਹਨੇ ਤ੍ਰੈਵਾਂ ਨੂੰ ਇਕੱਠੀ ਵਲੀ ਮੰਨ ਲਿਆ, ਫਰਮਾਇਆ ਇੰਨਾ ਹਿਜ਼ਬੱਲਾ, ਯਹੀ ਅੱਲਾਹ ਕੀ ਜਮਾਤ ਹੈ। ਹੁਣ ਕਿਤਨੇ ਖੁਸ਼ ਨਸੀਬ ਹੋ ਤੁਸੀਂ, ਅੱਲਾਹ ਨੂੰ ਵੀ ਵਲੀ ਮੰਨਦੇ ਹੋ, ਸਰਕਾਰ ਨੂੰ ਵੀ ਵਲੀ ਮੰਨਦੇ ਹੋ, ਅਤੇ ਵਲੀਆਂ ਨੂੰ ਵੀ ਵਲੀ ਮੰਨਣ ਨਾਲ ਲੋ। ਅਤੇ ਅੱਲਾਹ ਨੇ ਤ੍ਰੈਵਾਂ ਨੂੰ ਵਲੀ ਮੰਨਣ ਨਾਲ ਦੇ ਮੁਤਲਕ ਫਰਮਾਇਆ ਕਿ ਇਹੀ ਅੱਲਾਹ ਦੀ ਜਮਾਤ ਹੈ, ਸੱਚੀ ਹੈ ਜਿਹੜੀ, ਔਰ ਹੁਮੁਲ ਗਾਲਿਬੂਨ, ਔਰ ਹਮੇਸ਼ਾ ਇਹ ਗਾਲਬ ਰਹੇਗੀ ਦੁਨੀਆ ਉੱਤੇ। ਲਿਹਾਜ਼ਾ ਹੁਣ ਜਿਹੜੀ ਤ੍ਰੈਵਾਂ ਨੂੰ ਵਲੀ ਮੰਨਣ ਵਾਲੀ ਜਮਾਤ, ਉਹ ਕਿਹੜੀ ਜਮਾਤ ਹੈ ਉੱਚੀ ਦੱਸੋ। ਹਾਂ, ਅਤੇ ਉਹ ਕਿਹੜੀ ਜਮਾਤ ਹੈ ਜਿਹਨੂੰ ਅੱਲਾਹ ਨੇ ਆਪਣੀ ਜਮਾਤ ਆਖਿਆ? ਉਹ ਇਹੀ ਜਮਾਤ ਹੈ ਜਿਹਨੂੰ ਅੱਲਾਹ ਨੇ ਆਪਣੀ ਜਮਾਤ ਆਖਿਆ, ਯਾਨੀ ਇਹ ਅੱਲਾਹ ਦੀ ਜਮਾਤ ਹੈ। ਔਰ ਅੱਲਾਹ ਦੀ ਜਮਾਤ ਨੂੰ ਛੱਡ ਕੇ ਜਿਹਨੂੰ ਕੋਈ ਸ਼ੌਕ ਹੈ ਹੋਰ ਕਿਸੇ ਜਮਾਤ 'ਚ ਜਾਣਾ ਚਾਹੁੰਦਾ, ਉਹ ਜਾ ਲਵੇ,
ਅਤੇ ਲੇਕਿਨ ਉਹਨੂੰ ਅੱਲਾਹ ਤਾਂ ਨਹੀਂ ਮਿਲ ਸਕਦਾ ਨਾ, ਜਮਾਤ ਤਾਂ ਉਹਨੂੰ ਲੱਭ ਜਾਏਗੀ। ਇਹ ਉਹ ਜਮਾਤ ਹੈ ਜਿਹਨੂੰ ਅੱਲਾਹ ਮਿਲਦਾ, ਜਿਹਨਾਂ ਦਾ ਅੱਲਾਹ ਦੇ ਨਾਲ ਤਲਕ ਬਣ ਜਾਂਦਾ, ਕਾਇਮ ਹੋ ਜਾਂਦਾ। ਸਰਕਾਰ ਨਾਲ ਤਲਕ ਹੋ ਗਿਆ ਤਾਂ ਸਮਝੋ ਅੱਲਾਹ ਨਾਲ ਹੀ ਤਲਕ ਹੋ ਗਿਆ। ਇਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਮਕਨਤੀਸ ਨਹੀਂ ਹੁੰਦਾ, ਮਕਨਤੀਸ ਇਹ ਬਣਦਾ ਕਿਸ ਤਰ੍ਹਾਂ, 269 ਮਨਫੀ ਡਿਗਰੀ 'ਤੇ ਜਾ ਕੇ ਬਿਜਲੀ ਦਾ ਕਰੰਟ ਦਿੱਤਾ ਜਾਂਦਾ, ਉਹ 'ਚ ਕਸਾਫਤਾਂ ਦੂਰ ਹੁੰਦੀਆਂ ਨੇ, ਫਿਰ ਉਹ 'ਚ ਪਾਵਰ ਹੁੰਦੀ ਹੈ। ਅਤੇ ਜਿਹੜਾ ਮੁਰਸ਼ਿਦ ਹੁੰਦਾ ਨਾ, ਉਹ ਤਾਂ ਮਕਨਤੀਸੀ ਤੋਂ ਕੁਵਤ ਹੁੰਦੀ ਹੈ, ਅਤੇ ਜਿਹੜਾ ਮੁਰੀਦ ਬਾਸਫਾ ਹੁੰਦਾ ਉਹ ਸਾਦਾ ਲੋਹਾ ਰਗੜੇ ਖਾ ਖਾ ਕੇ ਨਾ ਉਹ ਵੀ ਸੂਈਆਂ ਚੁੱਕਣ ਲੱਗ ਪੈਂਦਾ ਹੈ ਕਿ ਨਹੀਂ ਗੱਲ। ਅਗਰ ਕੋਈ ਸਾਦਾ ਲੋਹਾ ਹਾਂਜੀ ਅਗਰ ਉਹਦੇ ਨਾਲ ਰਗੜੇ ਖਾਏਗਾ ਹਾਂਜੀ, ਅਤੇ ਫਿਰ ਉਹਦੇ 'ਚ ਵੀ ਉਹ ਪਾਵਰ ਜਿਹੜੀ ਮਕਨਤੀਸੀ ਆ ਉਹ ਪੈਦਾ ਹੋ ਜਾਏਗੀ।